ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰੇ ਹੀ ਸਰੋਤਿਆਂ ਨਾਲ ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਜੁੜੇ ਹੋਏ ਆ। ਪਾਸਪੋਰਟ ਰਿਸੀਵ ਹੋਈ ਸੀ ਸਾਨੂੰ ਕੱਲ੍ਹ, ਜਿਨ੍ਹਾਂ ਦੇ ਵਿੱਚ 41 ਪਾਸਪੋਰਟ ਆਏ ਸੀਗੇ, 14 ਸਟੂਡੈਂਟ ਵੀਜ਼ਾ ਦੇ, 11 ਓਪਨ ਵਰਕ ਪਰਮਿਟ ਅਤੇ 16 ਪਾਸਪੋਰਟ ਵਿਜ਼ਟਰ ਵੀਜ਼ਾ ਦੇ। ਬਟ ਸਵੇਰੇ ਹੀ ਅੱਜ 24 ਪਾਸਪੋਰਟ ਸਾਨੂੰ ਭੇਜਣੇ ਪਏ ਬ੍ਰਾਂਚਸ ਦੇ ਵਿੱਚ। ਸੋ ਜਿਹੜੇ ਐਟ ਅ ਟਾਈਮ ਸਾਡੇ ਕੋਲ ਪ੍ਰੈਜੈਂਟ ਪਾਸਪੋਰਟ ਨੇ ਜਿਹੜੇ ਆਪਾਂ ਡਿਸਕਸ ਕਰਾਂਗੇ, ਉਹ 17 ਨੇ ਟੋਟਲ, ਅਤੇ ਜਿਨ੍ਹਾਂ ਦੇ ਵਿੱਚ 4 ਸਟੂਡੈਂਟ ਵੀਜ਼ਾ, 4 ਓਪਨ ਵਰਕ ਪਰਮਿਟ ਅਤੇ 9 ਵਿਜ਼ਟਰ ਵੀਜ਼ਾ ਦੇ ਪਾਸਪੋਰਟ ਹੈਗੇ ਆਪਣੇ ਕੋਲ। ਸੋ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਸਟੱਡੀ ਵੀਜ਼ਾ ਤੋਂ। ਸਟੱਡੀ ਵੀਜ਼ਾ ਦੇ ਵਿੱਚ ਸਭ ਤੋਂ ਪਹਿਲਾਂ ਪਾਸਪੋਰਟ ਹੈਗਾ ਜੀ ਸੁਰਿੰਦਰ ਸਿੰਘ ਦਾ। ਸੁਰਿੰਦਰ ਸਿੰਘ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਪੜ੍ਹਨ ਜਾ ਰਹੇ ਆ, ਜਿੱਥੇ ਇਹਨਾਂ ਨੇ ਐਮ ਬੀ ਏ ਦਾ ਕੋਰਸ ਚੂਜ਼ ਕੀਤਾ ਵਾ ਜਨਵਰੀ 2023 ਦੇ ਇਨਟੇਕ ਦੇ ਲਈ, ਅਤੇ ਫਾਈਲ ਇਹਨਾਂ ਦੀ ਲੌਂਚ ਹੋਈ ਸੀ 25 ਅਗਸਤ 2022 ਨੂੰ, ਅਤੇ ਇਹਨਾਂ ਦੀ ਪੀ ਪੀ ਆਰ ਸਾਨੂੰ ਰਿਸੀਵ ਹੋਈ ਸੀ 3 ਅਕਤੂਬਰ 2022 ਨੂੰ। ਅਗਲਾ ਪਾਸਪੋਰਟ ਹੈਗਾ ਜੀ ਜਸ਼ਨਦੀਪ ਕੌਰ ਦਾ, ਇਹ ਵੀ ਸਟੱਡੀ ਵੀਜ਼ਾ ਵਾ। 31/12/2024 ਤੱਕ ਇਹਨਾਂ ਦਾ ਵੀਜ਼ਾ ਅਪਰੂਵ ਹੋ ਕੇ ਆਇਆ ਵਾ। ਜਸ਼ਨਦੀਪ ਕੌਰ ਦੀ ਫਾਈਲ ਨੌਰਦਰਨ ਕਾਲਜ ਦੇ ਲਈ ਲੱਗੀ ਸੀਗੀ ਟੋਰਾਂਟੋ ਕੈਂਪਸ ਦੇ ਵਿੱਚ। ਬਿਜ਼ਨਸ ਦਾ ਕੋਰਸ ਚੂਜ਼ ਕੀਤਾ ਜਨਵਰੀ 2023 ਇਨਟੇਕ ਦੇ ਲਈ, ਅਤੇ ਇਹਨਾਂ ਦੀ ਫਾਈਲ ਲੌਂਚ ਹੋਈ ਸੀਗੀ 28 ਜੁਲਾਈ 2022 ਨੂੰ। ਇਹਨਾਂ ਦੀ ਪੀ ਪੀ ਆਰ 7 ਅਕਤੂਬਰ 2022 ਨੂੰ ਸਾਨੂੰ ਰਿਸੀਵ ਹੋਈ ਸੀ। ਅਗਲਾ ਪਾਸਪੋਰਟ ਹੈਗਾ ਜੀ ਪ੍ਰਦੀਪ ਕੌਰ ਦਾ। ਪ੍ਰਦੀਪ ਕੌਰ ਯੋਰਕ ਵਾਲੀ ਯੂਨੀਵਰਸਿਟੀ ਪੜ੍ਹਨ ਚੱਲੇ ਆ, ਜਿੱਥੇ ਇਹਨਾਂ ਨੇ ਬੀ ਬੀ ਏ ਦਾ ਕੋਰਸ ਚੂਜ਼ ਕੀਤਾ, ਐਂਡ ਜਨਵਰੀ 2023 ਦੇ ਵਿੱਚ ਕਲਾਸਾਂ ਸਟਾਰਟ ਹੋ ਰਹੀਆਂ ਨੇ। ਇਹਨਾਂ ਦਾ ਵੀਜ਼ਾ 2026 ਦੇ ਸਤੰਬਰ ਮੰਥ ਤੱਕ ਲੱਗਾ ਵਾ, ਕਿਉਂਕਿ ਡਿਗਰੀ ਪ੍ਰੋਗਰਾਮ ਲਈ ਜਾ ਰਹੇ ਆ, ਅਤੇ ਫਾਈਲ ਇਹਨਾਂ ਦੀ ਲੌਂਚ ਹੋਈ ਸੀ 31 ਅਗਸਤ 2022 ਨੂੰ। ਨੈਕਸਟ ਪਾਸਪੋਰਟ ਹੈਗਾ ਜੀ ਕੋਮਲਪ੍ਰੀਤ ਕੌਰ ਦਾ, ਇਹ ਵੀ ਸਟੱਡੀ ਵੀਜ਼ਾ ਵਾ। ਕੋਮਲਪ੍ਰੀਤ ਵੀ ਬੀ ਬੀ ਏ ਪੜ੍ਹਨ ਚੱਲਿਆ ਯੋਰਕ ਵਾਲੀ ਯੂਨੀਵਰਸਿਟੀ ਦੇ ਵਿੱਚ ਜਨਵਰੀ 2023 ਇਨਟੇਕ ਲਈ। ਇਹਨਾਂ ਦੀ ਫਾਈਲ ਜੁਲਾਈ 2022 ਦੇ ਵਿੱਚ ਅਪਲਾਈ ਹੋਈ ਸੀਗੀ, ਅਤੇ ਇਹਨਾਂ ਦਾ ਜਿਹੜਾ ਵੀਜ਼ਾ ਉਹ ਅਕਤੂਬਰ ਦੇ ਵਿੱਚ ਆਇਆ। ਨੈਕਸਟ ਪਾਸਪੋਰਟ ਆਪਾਂ ਡਿਸਕਸ ਕਰਦੇ ਹਾਂ ਓਪਨ ਵਰਕ ਪਰਮਿਟ ਦੇ। ਓਪਨ ਵਰਕ ਪਰਮਿਟ ਜਗਰੂਪ ਸਿੰਘ ਦਾ ਜੀ, ਜਿਨ੍ਹਾਂ ਦਾ ਵੀਜ਼ਾ 7 ਸਤੰਬਰ 2023 ਤੱਕ ਅਪਰੂਵ ਹੋ ਕੇ ਪਹੁੰਚਿਆ ਵਾ। ਫਾਈਲ ਲੌਂਚ ਹੋਈ ਸੀ ਇਹਨਾਂ ਦੀ 20 ਅਗਸਤ 2022 ਨੂੰ, ਅਤੇ ਜਿਹੜੀ ਪੀ ਪੀ ਆਰ ਆਈ ਆ ਉਹ 3 ਅਕਤੂਬਰ 2022 ਨੂੰ ਸਾਡੇ ਕੋਲ ਪਹੁੰਚੀ ਆ। ਅਗਲਾ ਪਾਸਪੋਰਟ ਹੈ ਜੀ ਗੁਰਪ੍ਰੀਤ ਸਿੰਘ, 2025 ਦੇ ਮਾਰਚ ਮੰਥ ਤੱਕ ਇਹਨਾਂ ਦਾ ਵੀਜ਼ਾ ਲੱਗ ਗਿਆ ਗੁਰਪ੍ਰੀਤ ਸਿੰਘ ਦਾ। 27 ਅਗਸਤ 2022 ਨੂੰ ਇਹਨਾਂ ਦਾ ਜਿਹੜਾ ਕੇਸ ਅਪਲਾਈ ਹੋਇਆ ਸੀਗਾ, 28 ਸਤੰਬਰ ਨੂੰ ਇਹਨਾਂ ਦੇ ਸਾਨੂੰ ਮੈਡੀਕਲ ਆਇਆ, ਅਤੇ 3 ਅਕਤੂਬਰ 2022 ਨੂੰ ਇਹਨਾਂ ਦਾ ਸਾਡੇ ਤੋਂ ਪੀ ਪੀ ਆਰ ਆ ਗਈ ਸੀਗੀ, ਅਤੇ ਪਾਸਪੋਰਟ ਮੰਗ ਕੇ ਹੁਣ ਅੰਬੈਸੀ ਨੇ ਸਾਨੂੰ ਅੱਜ ਸਟੈਂਪ ਕਰਕੇ ਭੇਜ ਚੁੱਕੇ ਆ। ਨੈਕਸਟ ਪਾਸਪੋਰਟ ਹੈਗਾ ਜੀ ਰਾਜਨਦੀਪ ਸਿੰਘ ਦਾ, ਇਹ ਵੀ ਵਰਕਰ ਆ, 2024 ਦੇ ਅਪ੍ਰੈਲ ਮਹੀਨੇ ਤੱਕ ਲੱਗ ਕੇ ਆਇਆ ਵਾ। 18 ਅਗਸਤ ਨੂੰ ਇਹਨਾਂ ਦੀ ਫਾਈਲ ਅਪਲਾਈ ਹੋਈ ਸੀਗੀ, ਅਤੇ ਜਿਹੜਾ ਇਹਨਾਂ ਦਾ ਪੀ ਪੀ ਆਰ ਆ ਉਹ ਸਾਨੂੰ 3 ਅਕਤੂਬਰ 2022 ਨੂੰ ਰਿਸੀਵ ਹੋ ਚੁੱਕਿਆ ਸੀ। ਚੌਥਾ ਪਾਸਪੋਰਟ ਹੈਗਾ ਜੀ ਹਰਜੀਤ ਸਿੰਘ ਦਾ, ਇਹ ਵੀ ਓਪਨ ਵਰਕ ਪਰਮਿਟ ਦਾ ਪਾਸਪੋਰਟ ਆ। April 2023 ਤੱਕ ਇਹਨਾਂ ਦਾ ਵੀਜ਼ਾ ਲੱਗ ਕੇ ਆਇਆ ਵਾ। ਇਹ ਫਾਈਲ 3 ਜੂਨ ਨੂੰ ਅਪਲਾਈ ਹੋਈ ਸੀਗੀ, 17 ਅਗਸਤ ਨੂੰ ਮੈਡੀਕਲ ਆਇਆ, ਅਤੇ ਪੀ ਪੀ ਆਰ ਦੀ ਰਿਕੁਐਸਟ ਜਿਹੜੀ ਇਹਨਾਂ ਨੂੰ ਆਈ ਆ ਉਹ 3 ਅਕਤੂਬਰ 2022 ਨੂੰ ਪਹੁੰਚੀ ਸਾਡੇ ਕੋਲ। ਅਗਲੇ ਪਾਸਪੋਰਟ ਹੈਗਾ ਵਿਜ਼ਟਰ ਵੀਜ਼ੇ ਦੇ। ਵਿਜ਼ਟਰ ਵੀਜ਼ਾ ਅੱਗੇ ਨਾਲੋਂ ਕਾਫੀ ਤੇਜ਼ੀ ਨਾਲ ਚੱਲ ਪਿਆ ਵਾ ਹੁਣ, ਕਿਉਂਕਿ ਫਾਈਲਾਂ ਦਾ ਬੈਕਲੋਗ ਦਿਨੋਂ ਦਿਨ ਘੱਟ ਰਿਹਾ ਵਾ। ਸੋ ਵਿਜ਼ਟਰ ਵੀਜ਼ਾ ਦੀ ਤਦਾਦ ਵੀ ਪਹਿਲਾਂ ਨਾਲੋਂ ਕਾਫੀ ਵਧੀ ਆ। ਪਹਿਲਾ ਪਾਸਪੋਰਟ ਹੈਗਾ ਜੀ ਬਲਜਿੰਦਰ ਕੌਰ ਦਾ, ਇਹਨਾਂ ਦਾ 2030 ਤੱਕ ਵੀਜ਼ਾ ਲੱਗ ਕੇ ਆਇਆ ਵਾ। 12 ਜੁਲਾਈ 2022 ਨੂੰ ਇਹਨਾਂ ਦੀ ਫਾਈਲ ਲੱਗੀ ਸੀਗੀ। ਅਗਲਾ ਪਾਸਪੋਰਟ ਹੈਗਾ ਜੀ ਸ਼ਹਿਨਾਜ਼ ਕੌਰ ਦਾ, ਇਹ ਵੀ ਵਿਜ਼ਟਰ ਵੀਜ਼ਾ ਵਾ, ਬੱਚੇ ਦਾ ਵਾ, 2018 ਬੋਰਨ ਨੇ। ਇਹਨਾਂ ਦਾ ਪਾਸਪੋਰਟ ਜਿਹੜਾ ਫਾਈਲ ਅਪਲਾਈ ਹੋਈ ਸੀਗੀ 26 ਜੁਲਾਈ 2022 ਨੂੰ ਹੋਈ ਸੀਗੀ। ਅਗਲਾ ਹੈਗਾ ਜੀ ਹਰਜਿੰਦਰ ਕੌਰ, ਹਰਜਿੰਦਰ ਕੌਰ ਦਾ ਵੀ ਵਿਜ਼ਟਰ ਵੀਜ਼ਾ 2028 ਤੱਕ ਅਪਰੂਵ ਹੋ ਕੇ ਆਇਆ ਵਾ। ਇਹਨਾਂ ਦੀ ਫਾਈਲ 23 ਸਤੰਬਰ 2022 ਨੂੰ ਅਪਲਾਈ ਹੋਈ ਸੀਗੀ, ਅਤੇ ਅਕਤੂਬਰ ਦੇ ਵਿੱਚ ਇਹਨਾਂ ਤੋਂ ਪਾਸਪੋਰਟ ਮੰਗ ਲਿਆ। ਅਗਲਾ ਪਾਸਪੋਰਟ ਹੈਗਾ ਜੀ ਦਲੀਪ ਸਿੰਘ ਦਾ, 5 ਸਤੰਬਰ 2022 ਨੂੰ ਇਹਨਾਂ ਦਾ ਕੇਸ ਅਪਲਾਈ ਹੋਇਆ ਸੀਗਾ, ਅਤੇ 28 ਸਤੰਬਰ ਨੂੰ ਇਹਨਾਂ ਦੀ ਜਿਹੜੀ ਪੀ ਪੀ ਆਰ ਆ ਗਈ ਸੀ ਸਾਡੇ ਕੋਲ, ਮਹੀਨੇ ਦੇ ਵਿੱਚ ਵੀਜ਼ਾ ਅਪਰੂਵ ਹੋ ਕੇ ਆ ਗਿਆ 2029 ਤੱਕ ਦਾ। ਅਗਲਾ ਪਾਸਪੋਰਟ ਹੈਗਾ ਜੀ ਹਰਪਾਲ ਕੌਰ ਦਾ, 2029 ਤੱਕ ਇਹਨਾਂ ਦਾ ਵੀਜ਼ਾ ਲੱਗ ਕੇ ਆਇਆ ਵਾ। ਇਹਨਾਂ ਦੀ ਫਾਈਲ ਵੀ 5 ਸਤੰਬਰ ਨੂੰ ਅਪਲਾਈ ਹੋਈ ਸੀ, ਅਤੇ 28 ਸਤੰਬਰ ਨੂੰ ਹੀ ਇਹਨਾਂ ਦਾ ਪਾਸਪੋਰਟ ਮੰਗਿਆ ਗਿਆ ਸੀ। ਇਹ ਵੀ 1 ਮਹੀਨੇ ਦੇ ਵਿੱਚ ਹੀ ਅਪਰੂਵ ਹੋ ਕੇ ਪਹੁੰਚਿਆ ਸਾਡੇ ਕੋਲ। ਅਗਲਾ ਪਾਸਪੋਰਟ ਹੈਗਾ ਜੀ ਹਰਜੀਤ ਕੌਰ ਦਾ, ਇਹ 19 ਜੁਲਾਈ ਨੂੰ ਅਪਲਾਈ ਹੋਇਆ ਸੀਗਾ 2022 ਨੂੰ, ਅਤੇ ਇਹਨਾਂ ਦਾ ਜਿਹੜਾ ਪਾਸਪੋਰਟ ਮੰਗਿਆ ਗਿਆ 4 ਅਕਤੂਬਰ 2022 ਨੂੰ ਮੰਗਿਆ ਗਿਆ ਵਾ। ਇਸ ਤੋਂ ਅੱਗੇ ਹੈਗਾ ਜੀ ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਦਾ ਕੇਸ 28 ਜੂਨ ਨੂੰ ਅਪਲਾਈ ਹੋਇਆ ਸੀ, ਅਤੇ 12 ਅਕਤੂਬਰ ਨੂੰ ਇਹਨਾਂ ਦਾ ਸਾਡੇ ਤੋਂ ਪਾਸਪੋਰਟ ਮੰਗਿਆ ਗਿਆ ਸੀਗਾ। ਸੋ ਇਹਨਾਂ ਦਾ ਜਿਹੜਾ ਵੀਜ਼ਾ ਉਹ ਵੀ 2023 ਤੱਕ ਲੱਗ ਕੇ ਆਇਆ ਵਾ। ਅਗਲਾ ਪਾਸਪੋਰਟ ਹੈਗਾ ਜੀ ਬਲਦੇਵ ਸਿੰਘ ਦਾ, 2025 ਦੇ ਸਤੰਬਰ ਮੰਥ ਤੱਕ ਇਹਨਾਂ ਦਾ ਸਾਡੇ ਕੋਲ ਪਾਸਪੋਰਟ ਸਟੈਂਪ ਹੋ ਕੇ ਪਹੁੰਚਿਆ ਵਾ। 10 ਸਤੰਬਰ ਨੂੰ ਫਾਈਲ ਲਗਾਈ ਸੀਗੀ, ਅਤੇ 28 ਸਤੰਬਰ ਨੂੰ ਪਾਸਪੋਰਟ ਮੰਗ ਲਿਆ। 18 ਦਿਨਾਂ ਦੇ ਵਿੱਚ ਹੀ ਇਹਨਾਂ ਦਾ ਵੀਜ਼ਾ ਜਿਹੜਾ ਅਪਰੂਵ ਹੋ ਕੇ ਪਹੁੰਚ ਚੁੱਕਿਆ ਵਾ। ਅਗਲਾ ਪਾਸਪੋਰਟ ਹੈਗਾ ਜੀ ਹਰਬੰਸ ਕੌਰ ਦਾ,
ਇਹ ਵੀ ਵਿਜ਼ਟਰ ਵੀਜ਼ਾ 2025 ਤੱਕ ਲੱਗ ਕੇ ਆਇਆ ਵਾ। ਇਹਨਾਂ ਦੀ ਫਾਈਲ ਵੀ 10 ਸਤੰਬਰ ਨੂੰ ਹੀ ਅਪਲਾਈ ਹੋਈ ਸੀ ਅਤੇ ਜਿਹੜਾ ਇਹਨਾਂ ਦਾ ਵੀਜ਼ਾ 28 ਸਤੰਬਰ 2022 ਨੂੰ ਸਾਡੇ ਤੋਂ ਇਹਨਾਂ ਦਾ ਪਾਸਪੋਰਟ ਰਿਕੁਐਸਟ ਆ ਗਈ ਸੀਗੀ। ਸੋ ਇਹਨਾਂ ਦਾ ਵੀਜ਼ਾ ਵੀ 18 ਦਿਨਾਂ ਦੇ ਵਿੱਚ ਹੀ ਅਪਰੂਵ ਹੋ ਕੇ ਆਇਆ ਵਾ। ਬਾਕੀ ਵਿਜ਼ਟਰ ਵੀਜ਼ਾ ਦਾ ਕੋਈ ਪੱਕਾ ਟਾਈਮ ਨਹੀਂ ਚੱਲਦਾ ਪਿਆ, ਕਈ ਕੇਸਿਸ ਦੇ ਉੱਪਰ ਜ਼ਿਆਦਾ ਟਾਈਮ ਵੀ ਲੱਗ ਰਿਹਾ, ਕਈ ਕੇਸਿਸ ਬਹੁਤ ਜਲਦੀ ਵੀ ਆ ਰਿਹਾ, ਈਵਨ ਕਿ ਹਫ਼ਤੇ ਹਫ਼ਤੇ ਦੇ ਵਿੱਚ ਵੀ ਕੇਸ ਕਈ ਕਲੀਅਰ ਹੋ ਰਹੇ ਆ। ਸੋ ਜੇ ਤੁਸੀਂ ਵੀ ਕਿਸੇ ਵਿਜ਼ਟਰ ਵੀਜ਼ਾ ਜਾਂ ਓਪਨ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਲਈ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਸਾਡੇ ਕੋਈ ਵੀ ਨਜ਼ਦੀਕੀ ਆਫਿਸ 'ਚ ਵਿਜ਼ਿਟ ਕਰਕੇ ਮਿਲ ਕੇ ਆਪਣੀਆਂ ਕੁਐਰੀਜ਼ ਕਲੀਅਰ ਕਰ ਸਕਦੇ ਹੋ। ਧੰਨਵਾਦ।